ਪਿੰਡ ਕੋਹਾਲੀ ਗੁਰਦੁਆਰਾ ਬਾਬਾ ਮਿਹਰਦਾਸ ਜੀ ਦੇ ਗੁਰਦੁਆਰੇ ਸਾਹਿਬ ਵਿੱਚ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਦੀ ਹੋਈ ਹੰਗਾਮੀ ਮੀਟਿੰਗ। ਮੀਟਿੰਗ ਵਿੱਚ ਪੰਜਾਬ ਦੇ ਪ੍ਰਧਾਨ ਧੰਨਾਮਲ ਗੋਇਲ ਦੀ ਹਾਜ਼ਰੀ ਵਿੱਚ ਡਾਕਟਰ ਰਜਿੰਦਰ ਸਿੰਘ ਕੋਹਾਲੀ ਨੂੰ ਪੰਜਵੀਂ ਵਾਰ ਸਰਬਸੰਮਤੀ ਨਾਲ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਧੰਨਾਮਲ ਗੋਇਲ, ਗੁਰਦਾਸਪੁਰ ਦੇ ਪ੍ਰਧਾਨ ਨਛੱਤਰ ਸਿੰਘ, ਤਰਨ ਤਾਰਨ ਦੇ ਪ੍ਰਧਾਨ ਪਿਆਰਾ ਸਿੰਘ, ਤਹਿਸੀਲ ਅਜਨਾਲਾ ਦੇ ਪ੍ਰਧਾਨ ਮੁਖਤਾਰ ਸਿੰਘ, ਚੇਤਨਪੁਰਾ ਵਰਿੰਦਰ ਸਿੰਘ, ਸਹਿਸਰਾ ਬਲਰਾਜ ਸਿੰਘ, ਸੁੱਖ ਕੰਦੋਵਾਲੀ, ਨਰਿੰਦਰ ਸਿੰਘ, ਸ਼ੀਨਾ, ਦਵਿੰਦਰ ਸਿੰਘ ਬੱਗਾ, ਅਰਸ਼ਵਾਲ ਸਿੰਘ ਝੰਡੇਰ, ਡਾਕਟਰ ਸੁਭਾਸ਼ ਅਵਾਣ ਮਸਾਊ, ਸਤਵਿੰਦਰ ਸਿੰਘ ਘੁਮਾਨ, ਡਾਕਟਰ ਬਲਰਾਜ ਮਜੀਠਾ, ਡਾਕਟਰ ਸੁਰਜੀਤ ਭਿੰਡੀ ਸੈਦਾਂ, ਡਾਕਟਰ ਗੁਰਪ੍ਰਤਾਪ ਸਿੰਘ ਕੱਕੜ, ਡਾਕਟਰ ਜਸਵੀਰ ਸਿੰਘ, ਡਾਕਟਰ ਚੰਦਰ ਮੋਹਨ ਮਜੀਠਾ, ਡਾਕਟਰ ਰਣਜੀਤ ਸਿੰਘ ਖੈਰਾਬਾਦ, ਡਾਕਟਰ ਲਖਬੀਰ ਸਿੰਘ ਚੇਅਰਮੈਨ, ਡਾਕਟਰ ਮੰਨੂ ਕਾਲੇ, ਡਾਕਟਰ ਹਰਪਿੰਦਰ ਸਿੰਘ, ਡਾਕਟਰ ਸਤਪਿੰਦਰ ਸਿੰਘ ਰਿੰਕੂ ਕੋਹਾਲੀ ਅਤੇ ਭਾਰੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ। ਚੁਗਾਵਾਂ ਅਤੇ ਭਿੰਡੀ ਸੈਦਾਂ ਤੋਂ ਜਸਵੀਰ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ। ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਡੇ ਤੋਂ ਵੱਡਾ ਆਪਣਾ ਯੋਗਦਾਨ ਪਾਓ ਯੂਨੀਅਨ ਦੇ ਵਿੱਚ। ਇਹ ਸਾਹਮਣੇ ਸਾਡੀ ਸਮੱਸਿਆ ਨੂੰ ਜਿਹੜੀਆਂ ਸਾਡੀਆਂ ਪ੍ਰੋਬਲਮਾਂ ਨੇ, ਸਾਡੀਆਂ ਮੰਗਾਂ ਮਸਲੇ ਆ, ਉਹਨਾਂ ਨੂੰ ਸਰਕਾਰੀ ਦਰਬਾਰੇ ਪਹੁੰਚਾਉਣਾ ਹੁੰਦਾ, ਲੋਕਾਂ ਦੇ ਵਿੱਚ ਲੈ ਕੇ ਜਾਣਾ ਹੁੰਦਾ, ਹੋਰ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਉਹਨਾਂ ਤੱਕ ਲੈ ਕੇ ਜਾਣਾ ਹੁੰਦਾ। ਉਹਦਾ ਹਿੱਸਿਆਂ ਲਈ ਸਾਡੇ ਜਸਵੀਰ ਔਰਖ ਜੀ ਬੈਠੇ ਆ, ਹੋਰ ਕਾਫੀ ਸਾਥੀ ਮੈਂ ਹੋਰ ਵੀ ਦੇਖਦਾ, ਜਿੱਦਾਂ ਪਿਛਲੇ ਸਮੇਂ ਚ ਅੱਜ ਮੈਨੂੰ ਨਜ਼ਰ ਨਹੀਂ ਆਏ ਸਤਨਾਮ ਸਿੰਘ ਜੀ, ਗੁਰਵਿੰਦਰ ਕਲਸੀ ਜੀ ਤੇ ਹੋਰ ਜਿਹੜੇ ਸਾਥੀ ਹੈ ਜਿਹੜੇ ਵੀ ਇਹ ਸਭਾਵਾਂ ਜਿਹੜੀਆਂ ਨਿਭਾਉਂਦੇ ਨੇ, ਮੈਂ ਸਮਝਦਾ ਸਾਰਿਆਂ ਨੂੰ ਸਾਡਾ ਸਲੂਟ ਹੈ। ਹੋਰ ਕਾਫੀ ਸਾਥੀ ਔਰਤ ਸਾਹਿਬ ਨੇ ਮੇਰੇ ਨਾਲ ਜਿਹੜੇ ਕਹਿਣਗੇ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਪੰਜਾਬ ਦਾ ਅਤੁੱਟ ਹਿੱਸਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸਮੂਹ, ਮੇਰੇ ਸਾਥੀ ਸੱਜਣ ਇੱਕ ਪਰਿਵਾਰ ਨੂੰ ਘੁੰਮ ਕੇ ਬੈਠੇ ਹੋ, ਆਓ ਸਭ ਤੋਂ ਪਹਿਲਾਂ ਸਾਰੇ ਪਿਆਰ ਸਹਿਤ ਇੱਕ ਵਾਰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਆਪਾਂ ਬੁਲੰਦ ਕਰੀਏ। ਸਾਰੇ ਜਾਣੇ ਹੱਥ ਜੋੜ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਚੇਤਨਪੁਰਾ ਜੀ ਤੇ ਹੋਰ ਮੇਰੇ ਬਹੁਤ ਸਾਰੇ ਸਾਥੀ ਸੱਜਣ ਜੋ ਦੂਰੋਂ ਨੇੜੇ ਆਏ ਆ, ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਵੀ ਚੇਅਰਮੈਨ ਸੀ ਉਹ ਅੱਜ ਫਿਰ ਚੇਅਰਮੈਨ ਚੁਣੇ ਗਏ ਨੇ, ਸਮੁੱਚੀ ਕਮੇਟੀ ਜਿਹੜੀ ਹੈ ਸਰਬ ਸੰਮਤੀ ਦੇ ਨਾਲ ਚੁਣੀ ਗਈ ਹੈ, 200 ਦੇ ਕਰੀਬ ਜਿਹੜੇ ਡੈਲੀਗੇਟ ਸਾਥੀਆਂ ਨੇ ਭਾਗ ਲਿਆ। ਅਸੀਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੀਆਂ ਦਿੰਦੇ ਹਾਂ। ਔਰ ਅੱਜ ਦੇ ਇਸ ਅਜਲਾਸ ਦੇ ਵਿੱਚ ਸਾਡੇ ਗੁਰਮੇਲ ਸਿੰਘ ਜੀ ਜਿਹੜੇ ਸਾਡੇ ਸੂਬਾ ਸਕੱਤਰ ਨੇ ਉਹ ਵੀ ਸ਼ਾਮਿਲ ਹੋਏ ਨੇ, ਅਵਤਾਰ ਸਿੰਘ ਜੀ ਜਿਹੜੇ ਸਾਡੇ ਵਾਈਸ ਪ੍ਰਧਾਨ ਨੇ ਉਹ ਵੀ ਸ਼ਾਮਿਲ ਹੋਏ ਨੇ, ਔਰ ਨਛੱਤਰ ਸਿੰਘ ਜੀ ਜਿਹੜੇ ਸਾਡੇ ਜੁਆਇੰਟ ਸੈਕਟਰੀ ਨੇ ਸਟੇਟ ਦੇ ਉਹ ਵੀ ਸ਼ਾਮਿਲ ਹੋਏ ਨੇ, ਪਿਆਰਾ ਸਿੰਘ ਜੀ ਜਿਹੜੇ ਗੁਰਦਾਸਪੁਰ ਦੇ ਪ੍ਰਧਾਨ ਨੇ, ਔਰ ਚੇਅਰਮੈਨ ਗੁਰਮੇਲ ਸਿੰਘ ਜੀ ਜਿਹੜੇ ਗੁਰਦਾਸਪੁਰ ਦੇ ਚੇਅਰਮੈਨ ਨੇ ਉਹ ਵੀ ਸ਼ਾਮਿਲ, ਉਹਨਾਂ ਦੀ ਪੂਰੀ ਟੀਮ ਸ਼ਾਮਿਲ ਹੋਈ ਹੈ। ਅਸੀਂ ਚੁਣੀ ਗਈ ਪੂਰੀ ਟੀਮ ਨੂੰ ਫਿਰ ਇੱਕ ਵਾਰੀ ਮੁਬਾਰਕਬਾਦ ਦਿੰਦੇ ਹਾਂ ਅਤੇ ਆਉਣ ਵਾਲੇ
ਦਿਨਾਂ ਦੇ ਵਿੱਚ ਇਹਨਾਂ ਤੋਂ ਆਸ ਰੱਖਦੇ ਹਾਂ ਕਿ ਹੋਰ ਵੱਧਦੀਆਂ ਜਿਹੜੀਆਂ ਇਹਨਾਂ ਦੀਆਂ ਪਲਾਂਗਾਂ ਖਾਸ ਕੇਂਦਰ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤਹਿਸੀਲ ਅਜਨਾਲਾ ਅੱਜ ਪਿੰਡ ਕੋਹਾਲੀ ਵਿਖੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਵਾਸਤੇ ਅਸੀਂ ਇਕੱਤਰ ਹੋਏ ਸੀ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕੋਹਾਲੀ ਨੂੰ ਨਿਯੁਕਤ ਕੀਤਾ ਗਿਆ। ਮੈਂ ਅਤੇ ਆਪਣੀ ਪੂਰੀ ਟੀਮ ਵੱਲੋਂ ਤਹਿਸੀਲ ਅਜਨਾਲਾ ਵੱਲੋਂ ਪ੍ਰਧਾਨ ਜੀ ਨੂੰ ਵਧਾਈ ਦਿੰਦਾ ਹਾਂ।